ਵੈਲਕਮ ਬੈਕ ਜੀ। ਅੱਜ ਅਸੀਂ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਜਿਹੜੀ ਸਿਆਸੀ ਮਜਬੂਰੀਆਂ ਹੁੰਦੀਆਂ, ਸਿਆਸੀ ਲਾਹੇਬੰਦੀ ਦੇ ਲਈ ਜਿਹੜੇ ਸਾਡੇ ਪੋਲੀਟੀਕਲ ਪਾਰਟੀਆਂ ਨੇ ਉਹ ਕਿਸ ਕਿਸ ਤਰ੍ਹਾਂ ਦੇ ਅਜੀਬੋ ਗਰੀਬ ਵਾਅਦੇ ਇਲੈਕਸ਼ਨਾਂ ਦੇ ਦੌਰਾਨ ਕਰਦੀਆਂ ਨੇ, ਔਰ ਬਾਅਦ ਵਿੱਚ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਤਾਂ ਫਿਰ ਕਿਸ ਤਰ੍ਹਾਂ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਂਦਾ ਹੈ। ਜਿਵੇਂ ਅਸੀਂ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਹੁਣ ਸਮਾਰਟਫੋਨ ਖਰੀਦੇਗੀ, 2000 ਕਰੋੜ ਰੁਪਏ ਦਾ ਓਵਰਆਲ ਜੋ ਐਸਟੀਮੇਟਿਡ ਬਜਟ ਹੈ ਉਹਨੂੰ ਚਾਹੀਦੇ ਨੇ ਪੰਜਾਬ ਸਰਕਾਰ ਨੂੰ 50 ਲੱਖ ਫੋਨ ਦੇਣ ਵਾਸਤੇ। ਅਸੀਂ ਤੁਹਾਨੂੰ ਜ਼ਿਕਰ ਕੀਤਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਮੁਲਾਇਮ ਸਿੰਘ ਯਾਦਵ ਔਰ ਅਖਿਲੇਸ਼ ਯਾਦਵ ਨੇ 2500 ਕਰੋੜ ਰੁਪਏ ਦੇ ਲੈਪਟਾਪ ਵੰਡ ਦਿੱਤੇ ਸੀ ਬੱਚਿਆਂ ਨੂੰ, ਜਿਹੜੇ ਉਹਨਾਂ ਨੇ ਬਾਅਦ ਵਿੱਚ ਰਾਤੀ ਬਾਜ਼ਾਰਾਂ ਵਿੱਚ ਵੇਚ ਦਿੱਤੇ। ਔਰ ਅਗਰ ਦਰਸ਼ਕੋ ਤੁਹਾਨੂੰ ਇੱਕ ਇਹ ਵੀ ਗੱਲ ਦੱਸਣਾ ਚਾਹਾਂਗੇ ਕਿ ਜਿਹੜੀਆਂ ਇਹੋ ਜਿਹੀਆਂ ਸਕੀਮਾਂ ਦੀ ਸ਼ੁਰੂਆਤ ਕਿੱਥੋਂ ਹੋਈ, ਸਾਊਥ ਇੰਡੀਆ ਤੋਂ। ਮੈਨੂੰ ਇੱਕ ਜ਼ਿਕਰ ਯਾਦ ਆਉਂਦਾ ਹੈ, ਤਮਿਲਨਾਡੂ, ਆਂਧਰਾ ਪ੍ਰਦੇਸ਼, ਇਹਨਾਂ ਜਿਹੜੇ ਸੂਬਿਆਂ ਦੇ ਵਿੱਚ ਇਹ ਚੀਜ਼ਾਂ ਬਹੁਤ ਚੱਲਦੀਆਂ ਸੀਗੀਆਂ। ਤਮਿਲਨਾਡੂ ਦੇ ਵਿੱਚ ਜਦੋਂ ਜੈਲਲਿਤਾ ਔਰ ਕਰੁਣਾ ਨਿਧੀ ਦੀ ਸਰਕਾਰਾਂ ਦਾ ਆਮਣੇ ਸਾਹਮਣੇ ਹੁੰਦਾ ਸੀ, ਕਦੀ ਉਹ ਦੋਨੋਂ ਪਾਰਟੀਆਂ ਦਾ ਮੁਕਾਬਲਾ ਚੱਲਦਾ ਸੀਗਾ, ਉੱਥੇ ਵੀ ਇਹੀ ਵਾਅਦੇ ਕੀਤੇ ਗਏ ਸੀ ਕਿ ਜਦੋਂ ਸਰਕਾਰ ਬਣੇਗੀ ਤਾਂ ਕਲਰ ਟੀਵੀ ਦਿੱਤੇ ਜਾਣਗੇ। ਔਰ ਉਦੋਂ ਵੀ ਇਸ ਚੀਜ਼ ਨੂੰ ਲੈ ਕੇ ਬੜਾ ਹੰਗਾਮਾ ਹੋਇਆ ਸੀ ਕਿ ਕਰੋੜਾਂ ਅਰਬਾਂ ਰੁਪਏ ਦੇ ਕਲਰ ਟੀਵੀ ਖਰੀਦੇ ਗਏ ਸੀ, ਔਰ ਕਲਰ ਟੀਵੀ ਕਿਹਨਾਂ ਨੂੰ ਦਿੱਤੇ ਗਏ ਸੀ, ਝੁੱਗੀ ਝੋਪੜੀ 'ਚ ਰਹਿਣ ਵਾਲੇ ਲੋਕਾਂ ਨੂੰ ਕਲਰ ਟੀਵੀ ਦਿੱਤੇ ਗਏ, ਉਹਨਾਂ ਝੁੱਗੀ ਝੋਪੜੇ 'ਚ ਰਹਿਣ ਵਾਲੇ ਲੋਕਾਂ ਨੂੰ ਜਿਨ੍ਹਾਂ ਦੇ ਘਰ ਬਿਜਲੀ ਦੇ ਕਨੈਕਸ਼ਨ ਵੀ ਨਹੀਂ ਸੀ, ਉਹਨਾਂ ਨੂੰ ਕਲਰ ਟੀਵੀ ਦਿੱਤੇ ਗਏ ਕਿਉਂਕਿ ਵਾਅਦਾ ਕੀਤਾ ਸੀਗਾ। ਵਾਅਦਾ ਕੀਤਾ ਸੀ ਜਨਤਾ ਨੂੰ ਖੁਸ਼ ਰੱਖਣਾ ਸੀ, ਜਨਤਾ ਨੂੰ ਇੱਕ ਤਰ੍ਹਾਂ ਆਪਣੇ ਪਾਸੇ ਵੱਲ ਰੱਖਣਾ ਸੀ, ਆਪਣੇ ਪਾਲੇ 'ਚ ਰੱਖਣਾ ਸੀਗਾ, ਅਤੇ ਇਸ ਵਾਸਤੇ ਕਲਰ ਟੀਵੀ ਦਿੱਤੇ, ਤੁਹਾਡੇ ਘਰ ਬਿਜਲੀ ਹੈ ਨਹੀਂ ਹੈ ਇਹ ਕਲਰ ਟੀਵੀ ਚੱਕੋ, ਤੁਹਾਡੇ ਪਿੰਡ ਵਿੱਚ ਬਿਜਲੀ ਹੈ ਨਹੀਂ ਹੈ ਇਹ ਲੈਪਟਾਪ ਚੱਕੋ। ਔਰ ਇਸ ਤਰ੍ਹਾਂ ਹੀ ਗੱਲ ਹੋਣ ਵਾਲੀ ਹੈ ਪੰਜਾਬ ਦੇ ਵਿੱਚ, ਕਹਿ ਲਓ ਤੁਹਾਡੇ ਕੋਲ ਸਮਾਰਟਫੋਨ ਹੈ ਨਹੀਂ ਹੈ ਪਰ ਸਾਡੀ ਵੱਲੋਂ ਇੱਕ ਹੋਰ ਲੈ ਲਓ, ਤੁਸੀਂ ਤੁਹਾਨੂੰ ਇਹਦੀ ਜ਼ਰੂਰਤ ਹੈ ਨਹੀਂ ਹੈ ਨਹੀਂ ਚਾਹੀਦਾ, ਬਾਹਰ 'ਚ ਜਾ ਕੇ ਤੁਸੀਂ ਇਹਦਾ ਜੋ ਮਰਜ਼ੀ ਇਸਤੇਮਾਲ ਕਰੋ, ਇਹਦੇ 'ਤੇ ਗੇਮ ਖੇਲੋ, ਇਹਦੇ 'ਤੇ ਫਿਲਮ ਦੇਖੋ ਜਾਂ ਬਾਜ਼ਾਰ 'ਚ ਜਾ ਕੇ ਵੇਚ ਦਿਓ, ਸਾਡਾ ਕੰਮ ਖਤਮ, ਅਸੀਂ ਤੁਹਾਨੂੰ ਵਾਅਦਾ ਕੀਤਾ ਸੀ, ਅਸੀਂ ਸਰਕਾਰੀ ਖਜ਼ਾਨੇ 'ਚੋਂ ਪੈਸਾ ਕੱਢ ਕੇ ਤੁਹਾਨੂੰ ਦੇ ਦਿੱਤਾ। ਸਵਾਲ ਇਹ ਉੱਠਦਾ, ਸਾਡੇ ਕਈ ਦਰਸ਼ਕਾਂ ਨੇ ਫੋਨ ਕਰਕੇ ਪੁੱਛਿਆ ਔਰ ਇਹ ਜਿਹੜੀ ਰਾਏ ਸਾਂਝਾ ਕੀਤੀ ਹੈ, ਉਹਨਾਂ ਨੇ ਇਹ ਗੱਲ ਆਪਣੀ ਸੋਚ ਜ਼ਾਹਿਰ ਕੀਤੀ ਹੈ ਕਿ ਜਿਹੜੀ ਸਰਕਾਰਾਂ ਨੇ ਇਹ 1000 ਕਰੋੜ ਰੁਪਏ ਦੇ ਹਸਪਤਾਲ, ਬਿਜਲੀ ਜਿਹੜੇ ਹੁੰਦੇ ਨੇ, ਸਕੂਲ ਜਾਂ ਇਹ ਚੀਜ਼ਾਂ ਕਿਉਂ ਨਹੀਂ ਬਣਾ ਸਕਦੀ। ਅੱਜ ਪੰਜਾਬ ਦੇ ਵਿੱਚ ਹੈਲਥ ਦਾ ਕੀ ਮਿਆਰ ਹੈ, ਹੈਲਥ ਸੈਕਟਰ ਦਾ ਅਗਰ ਮੈਂ ਗੱਲ ਕਰਾਂ, ਅੱਜ ਸਰਕਾਰੀ ਹਸਪਤਾਲਾਂ ਦਾ ਕੀ ਹਾਲ ਹੈ, ਅੱਜ ਇੰਡੀਆ ਦੇ ਵਿੱਚ ਵੀ ਔਰ ਪੰਜਾਬ ਔਰ ਕਈ ਸੂਬਿਆਂ ਦੇ ਵਿੱਚ ਕੀ ਹੈ, ਤੁਸੀਂ ਦੇਖਿਆ ਹੋਣਾ ਕਿ ਪ੍ਰਾਈਵੇਟ ਹਸਪਤਾਲਾਂ ਦਾ ਮਹਿੰਗਾ ਮਹਿੰਗਾ ਇਲਾਜ ਜਾਰੀ ਹੈ। ਮੈਕਸ ਹੋਇਆ, ਫੋਰਟਿਸ ਹੋਇਆ, ਕਈ ਸਾਰੇ ਵੱਡੇ ਵੱਡੇ ਹਸਪਤਾਲਾਂ ਦੀ ਚੇਨਸ ਖੁੱਲ ਗਈਆਂ ਉੱਥੇ, ਔਰ ਇਹਨਾਂ ਬਾਰੇ ਪੰਜਾਬੀ 'ਚ ਇੱਕ ਕਹਾਵਤ ਹੈ ਕਿ ਇਹਨਾਂ ਪ੍ਰਾਈਵੇਟ ਸਕੂਲਾਂ, ਪ੍ਰਾਈਵੇਟ ਹਸਪਤਾਲਾਂ ਦੇ ਮਗਰਲੇ ਪਾਸਿਓਂ ਵੀ ਨਿਕਲ ਜਾਓ ਤਾਂ ਜੇਬ ਖਾਲੀ ਹੋ ਜਾਂਦੀ ਹੈ। ਅਤੇ ਅਗਰ ਸਰਕਾਰੀ ਹਸਪਤਾਲਾਂ ਦਾ ਮਿਆਰ ਚੁੱਕਣ ਦੀ ਲੋੜ ਹੈ, ਉੱਥੇ ਦਵਾਈਆਂ ਦੀ ਲੋੜ ਹੈ, ਪਿੰਡਾਂ ਦੇ ਵਿੱਚ ਡਾਕਟਰਾਂ ਦੀ ਲੋੜ ਹੈ, ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਐਜੂਕੇਸ਼ਨ ਦਾ ਮਿਆਰ ਚੁੱਕਣ ਦੀ ਲੋੜ ਹੈ, ਅੱਜ ਬੱਚਿਆਂ ਨੂੰ ਰੋਜ਼ਗਾਰ ਚਾਹੀਦਾ, ਉਹਨਾਂ ਨੂੰ ਅੱਛੀ ਪੜ੍ਹਾਈ ਚਾਹੀਦੀ ਹੈ, ਉਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਅਸੀਂ ਅੱਜ ਡਿਜੀਟਲ ਇੰਡੀਆ ਦੀ ਗੱਲ ਕਰਦੇ ਹਾਂ, ਇਹ ਮੋਬਾਈਲ ਫੋਨ ਵੀ ਇਸ ਵਾਸਤੇ ਦਿੱਤੇ ਜਾ ਰਹੇ ਨੇ ਕਿ ਡਿਜੀਟਲ ਵਰਲਡ ਦੇ ਨਾਲ ਜੋੜਿਆ ਜਾਏ, ਤੁਹਾਨੂੰ ਵੀ ਪਤਾ ਇਹਦਾ ਕੀ ਇਹਦਾ ਬਾਅਦ 'ਚ ਹਸ਼ਰ ਹੋਣਾ ਇਹਨਾਂ ਮੋਬਾਈਲ ਫੋਨਾਂ ਦਾ। ਲੇਕਿਨ ਸਾਡੇ ਸਰਕਾਰਾਂ ਦੀਆਂ ਪ੍ਰਾਇਓਰਟੀਜ਼ ਨਹੀਂ ਹੁੰਦੀਆਂ, ਸਾਡੀਆਂ ਸਰਕਾਰਾਂ ਇਸ ਬਾਰੇ ਕੁਝ ਸੋਚਦੀਆਂ ਨਹੀਂ। ਮੇਰੇ ਕੋਲ ਇੱਕ ਹੋਰ ਬੜਾ ਇੰਟਰਸਟਿੰਗ ਫੈਕਟ ਐਂਡ ਫਿਗਰ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ, ਪੰਜਾਬ ਗਵਰਨਮੈਂਟ ਬਾਰੇ ਵੀ ਹੈ, ਉਹਦੇ 'ਚ ਹਰਿਆਣਾ ਦਾ ਵੀ ਜ਼ਿਕਰ ਹੈ। ਇੱਕ ਚੀਜ਼ ਹੈ, ਤੁਸੀਂ ਦੇਖਣਾ ਪੰਜਾਬ ਹਰਿਆਣਾ ਹਾਈ ਕੋਰਟ ਜਿਹੜਾ ਅੱਜ ਕੱਲ੍ਹ ਬਹੁਤ ਐਕਟਿਵ ਹੈ, ਸੁਪਰੀਮ ਕੋਰਟ ਦੇ ਵੀ ਨਵੇਂ ਨਵੇਂ ਰੋਜ਼ ਫੈਸਲੇ ਆ ਰਹੇ, ਹਿੰਦੁਸਤਾਨ ਦੀ ਕਹਿੰਦੇ ਨੇ ਕਿ ਜਿਹੜੀ ਸਿਆਸਤ ਹੈ ਜੋ ਵੀ ਹਿੰਦੁਸਤਾਨ ਦੀ ਐਡਮਿਨਿਸਟ੍ਰੇਸ਼ਨ ਉਹ ਅੱਜ ਕੱਲ੍ਹ ਕੋਰਟ ਹੀ ਚਲਾ ਰਹੇ ਨੇ, ਸੁਪਰੀਮ ਕੋਰਟ ਚਲਾ ਰਿਹਾ ਦਿੱਲੀ 'ਚ ਬੈਠ ਕੇ ਔਰ ਹਾਈ ਕੋਰਟ ਜਿਹੜੇ ਨੇ ਸੂਬਿਆਂ ਦੇ ਵਿੱਚ ਚਲਾ ਰਹੇ ਨੇ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਔਰ ਹਰਿਆਣਾ ਸਰਕਾਰ ਤੋਂ ਇਹ ਜਵਾਬ ਮੰਗਿਆ ਹੈ ਕਿ ਤੁਸੀਂ ਇਹ ਜਵਾਬ ਦਿਓ ਕਿ ਤੁਹਾਡੇ ਸੂਬੇ ਦੇ ਵਿੱਚ ਓਲਡ ਏਜ ਹੋਮ ਕਿੰਨੇ ਨੇ ਜੋ ਬਜ਼ੁਰਗਾਂ ਦੇ ਲਈ ਬਣਾਏ ਜਾਂਦੇ ਨੇ। ਸਾਡੇ ਦੇਖੋ, ਮੈਂ ਪੰਜਾਬ ਨਾਲ ਜੁੜਿਆ, ਪੰਜਾਬ ਦੀ ਮਿੱਟੀ ਨਾਲ ਜੁੜਿਆ, ਸਾਡੇ ਕਲਚਰ ਦੇ ਵਿੱਚ ਇਹ ਸਿਖਾਇਆ ਗਿਆ ਕਿ ਬਜ਼ੁਰਗਾਂ ਦੀ ਬਹੁਤ ਇੱਜ਼ਤ ਕਰਨੀ ਚਾਹੀਦੀ ਹੈ, ਉਹ ਜਦੋਂ ਆਉਣ ਉਹਨਾਂ ਦੇ ਪੈਰਾਂ ਨੂੰ ਹੱਥ ਲਾਓ, ਬਜ਼ੁਰਗਾਂ ਦੀ ਪੂਰੀ ਇੱਜ਼ਤ ਕਰੋ, ਉਹਨਾਂ ਦਾ ਪੂਰਾ ਸਨਮਾਨ ਕਰੋ, ਇਹ ਚੀਜ਼ ਕਹਿੰਦੀ ਹੈ। ਸਾਡੀਆਂ ਸਰਕਾਰਾਂ ਵੀ ਇਹ ਕਹਿੰਦੀਆਂ, ਲੇਕਿਨ ਸਾਡੇ ਸਰਕਾਰਾਂ ਦੀ ਪ੍ਰਾਇਓਰਟੀ ਕੀ ਚੀਜ਼ ਹੈ? ਜਦੋਂ ਹਾਈ ਕੋਰਟ ਨੇ ਜਵਾਬ ਮੰਗਿਆ, ਪੰਜਾਬ ਸਰਕਾਰ ਨੇ ਜੋ ਜਵਾਬ ਹਾਈ ਕੋਰਟ ਦੇ ਵਿੱਚ ਦਿੱਤਾ, ਤੁਹਾਨੂੰ ਮੈਂ ਦਰਸ਼ਕੋ ਜ਼ਾਹਿਰ ਕਰਨਾ ਚਾਹਾਂਗਾ, ਸ਼ੇਅਰ ਕਰਨਾ ਚਾਹਾਂਗਾ, ਇਹ ਬਿਲਕੁਲ ਫਿਗਰ, ਫੈਕਟ ਐਂਡ ਫਿਗਰ ਕਲੀਅਰ ਹੈ ਸਾਡੇ ਕੋਲ ਕਿ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਔਰ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਪੂਰੇ ਸੂਬੇ ਦੇ ਵਿੱਚ ਸਿਰਫ ਇੱਕੋ ਏਜ ਓਲਡ ਏਜ ਹੋਮ ਹੈ, ਉਹ ਹੈਗਾ ਹੁਸ਼ਿਆਰਪੁਰ ਦੇ ਵਿੱਚ। ਬਾਕੀ 40 ਓਲਡ ਏਜ ਹੋਮ ਨੇ ਜਿਹੜੇ ਬਾਕੀ ਐਨ ਜੀ ਓ ਨੇ ਉਹ ਚਲਾ ਰਹੇ ਨੇ। ਸਰਕਾਰੀ ਓਲਡ ਏਜ ਹੋਮ ਉਸ ਸੂਬੇ ਦੇ ਵਿੱਚ ਹੈ ਜਿੱਥੇ ਅਸੀਂ ਕਹਿੰਦੇ ਬਜ਼ੁਰਗਾਂ ਦੀ ਬਹੁਤ ਇੱਜ਼ਤ ਹੁੰਦੀ ਹੈ। ਤੁਸੀਂ ਇਹ ਸੋਚੋ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ, ਸਾਡੇ ਸਿਆਸਤਦਾਨਾਂ ਨੇ ਸਾਡੇ ਬਜ਼ੁਰਗਾਂ ਦੀ ਕੀ ਇੱਜ਼ਤ ਕੀਤੀ? ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚ ਅਸੀਂ ਉਹਨਾਂ ਦੀ ਸੇਵਾ ਸੰਭਾਲ ਕਰਨੀ ਹੈ, ਉਹਨਾਂ ਦੇ ਪੂਰਾ ਇੱਜ਼ਤ ਕਰਨੀ ਹੈ। ਉਹਨਾਂ ਬਜ਼ੁਰਗਾਂ ਦੇ ਵਾਸਤੇ ਪੂਰੇ ਸੂਬੇ ਦੇ ਵਿੱਚ ਸਿਰਫ ਇੱਕ ਓਲਡ ਏਜ ਹੋਮ, ਉਹ ਵੀ ਸਿਰਫ ਹੁਸ਼ਿਆਰਪੁਰ ਦੇ ਵਿੱਚ। ਪੜੋਸੀ ਰਾਜ ਜਿਹੜਾ ਸੂਬਾ ਹੈਗਾ ਹਰਿਆਣਾ, ਉੱਥੇ ਵੀ ਮਾੜਾ ਹਾਲ ਹੈ, ਉੱਥੇ ਵੀ ਸਿਰਫ ਇੱਕ ਓਲਡ ਏਜ ਹੋਮ ਹੈ, ਉਹ ਰਿਵਾੜੀ ਦੇ ਵਿੱਚ ਹੈ। ਕਈ ਜ਼ਿਲ੍ਹਿਆਂ ਦੇ ਵਿੱਚ ਓਲਡ ਏਜ ਹੋਮ ਹੈ ਹੀ ਨਹੀਂ। ਸਾਡੀ ਸਰਕਾਰਾਂ ਦੇ, ਤੁਸੀਂ
सरकार बैठ जाए, जो सरकार अपना काम करना शुरू करे तो जिहड़े जिहड़े वोटरां ने उन्होंने वोट दी है, जिहड़े जिहड़े समाज के जिहड़े जिहड़े सैगमेंट ने उन्होंने जिहड़ी जिहड़ी उम्मीद लगाई है, घट तो घट सरकारां नूं उन्हूं एड्रैस जरूर करना चाहिए। तो यह शेयर मैं तुहाडे नाल करना चाह रहा सी, घट तो घट तुहानूं यह चानन होए कि साडियां जिहड़ियां सरकारां ने किस तरह काम करदियां ने। हैलो सत श्री अकाल जी, तुसीं कित्थों बोल रहे हो जी? हैलो हाँ जी हाँ जी, कितों बोल रहे हो जी? की शुभ नाम थोड़ा? कैलिफोर्निया तो बोल रहा जी। हाँ जी, की कहना चाहोगे जी? भाई साहब टीवी पे आज बोल रहे हैं, जेडे बहुत अच्छी गल्लां कर रहे हैं, बहुत ही सच बोल रहे हैं जी। तुसी मेरे नाल ही गल कर रहे हो जी? अच्छी हाँ जी, अज दा मुद्दा विच हाँ जी, थोड़ा सवाल लाइव है जी, दसो की कहना चाहोगे? अज दा मुद्दे ते मैं गल कर रहा जी। दसो जी दसो। अज दे मुद्दे ते भाई साहब बड़ा सच बोल रहे हैं, ਤੁਸੀਂ ਦੱਸੋ ਕੀ ਸਵਾਲ ਕੀ ਪੁੱਛਣਾ ਚਾਹੋਗੇ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਤੇ? ਪੁੱਛਣਾ ਮੈਂ ਇਹ ਚਾਹੁੰਦਾ ਵੀ ਮਨਪ੍ਰੀਤ ਜਿਹੜਾ ਉਹ ਅਕਾਲੀਆਂ ਦਾ ਵੀ ਸੀਗਾ ਨਾ ਜੀ, ਨਾ ਮੰਤਰੀ, ਉੱਥੇ ਚਾਰ ਸਾਲ ਰੋਂਦਾ ਰਿਹਾ। ਠੀਕ ਹੈ ਜੀ। ਪੈਸਾ ਹੈ ਨੀ, ਖਜ਼ਾਨੇ ਚ ਪੈਸਾ ਹੈ ਨੀ ਜੀ ਜੀ। ਉਹਦੇ ਬਾਅਦ ਇੱਕ ਸਾਲ ਬਾਅਦ ਆਤਮਾ ਸਿੰਘ ਦੀ ਲੜਕੀ ਬੀਬੀ ਉਹ ਨਾਮ ਨੀ ਭੁੱਲ ਗਿਆ, ਉਹਨੇ ਚਲਾਇਆ ਬੜਾ ਸੋਹਣਾ, ਢੇਰ ਸਾਲ ਪੰਜ ਸਾਲ ਚਲਾਉਂਦਾ ਰਿਹਾ, ਉਹਨੇ ਇੱਕ ਵਾਰੀ ਵੀ ਨੀ ਕਿਹਾ ਵੀ ਖਜ਼ਾਨਾ ਖਾਲੀ ਆ। NRI ਤੋਂ ਅਪਰੋਚ ਕੀਤਾ ਜਾ ਰਿਹਾ, 21 ਕਰੋੜ ਰੁਪਏ ਦੀ ਦਿਸਾ ਰਕਮ ਕੀਤੀ, ਉਹ ਖਰਚ ਨਹੀਂ ਕੀਤੀ ਗਈ, 24 ਕਰੋੜ ਦੀ ਨਵੀਂ ਰੱਖੀ ਗਈ। NRI ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਓ ਸਕੂਲਾਂ ਦੇ ਬੈਂਚ ਖਰੀਦੋ। ਇੱਦਾਂ ਸਾਡੀਆਂ ਸਰਕਾਰਾਂ, ਇੱਦਾਂ ਸਾਡੇ ਸਿਆਸਤਦਾਨ ਕੰਮ ਕਰਦੇ ਨੇ। ਇਸ ਬਾਰੇ ਤੁਸੀਂ ਕੀ ਸੋਚਦੇ ਹੋ, ਇਸ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ, ਲੇਕਿਨ ਛੋਟੇ ਜਿਹੇ ਬ੍ਰੇਕ ਤੋਂ ਬਾਅਦ।